ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰੂਪ ਸਿੰਘ ਕਡਿਆਣਾ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਨੇ। ਉਹਨਾਂ ਦੇ ਆਪਣੇ ਹੀ ਸਾਥੀ ਉਹਨਾਂ ਦੇ ਗੈਰ ਕਾਨੂੰਨੀ ਕੋਠੀ ਬਣਾਉਣ ਦਾ ਇਲਜ਼ਾਮ ਲਗਾ ਰਹੇ ਨੇ। ਕੀ ਹੈ ਪੂਰਾ ਮਾਮਲਾ, ਇਹ ਰਿਪੋਰਟ ਵੇਖਦੇ। ਹਲਕਾ ਫਿਲੌਰ ਦੇ ਆਮ ਆਦਮੀ ਪਾਰਟੀ ਉਮੀਦਵਾਰ ਦੇ ਖਿਲਾਫ ਆਪਣੇ ਹੀ ਸਾਥੀਆਂ ਦੀ ਮੁਹਿੰਮ। ਸਰੂਪ ਸਿੰਘ ਕਡਿਆਣਾ ਦੀ ਕੋਠੀ ਗੈਰ ਕਾਨੂੰਨੀ ਹੋਣ ਦਾ ਦਾਅਵਾ। ਵਕਫ ਬੋਰਡ ਦੀ ਜ਼ਮੀਨ ਤੇ ਗੈਰ ਕਾਨੂੰਨੀ ਕੋਠੀ ਬਣਾਉਣ ਦਾ ਇਲਜ਼ਾਮ। ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰੂਪ ਸਿੰਘ ਕਡਿਆਣਾ ਖਿਲਾਫ ਉਹਨਾਂ ਦੀ ਪਾਰਟੀ ਦੇ ਹੀ ਫਾਊਂਡਰ ਮੈਂਬਰ ਤੇ ਨੈਸ਼ਨਲ ਕੌਂਸਲ ਦੇ ਮੈਂਬਰ ਰਹੇ ਪਵਿੱਤਰ ਸਿੰਘ ਨੇ ਲਿਖਤੀ ਤੌਰ ਤੇ ਚੋਣ ਕਮਿਸ਼ਨ ਤੇ ਐਸਡੀਐਮ ਫਿਲੌਰ ਨੂੰ ਸ਼ਿਕਾਇਤ ਕੀਤੀ ਹੈ। ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਆਰਟੀਆਈ ਰਾਹੀਂ ਜੋ ਜਾਣਕਾਰੀ ਹਾਸਲ ਕੀਤੀ ਹੈ ਉਸ 'ਚ ਸਾਫ਼ ਹੋਇਆ ਕਿ ਜਿਸ ਜਗ੍ਹਾ ਸਰੂਪ ਸਿੰਘ ਕਡਿਆਣਾ ਨੇ ਆਪਣੀ ਕੋਠੀ ਬਣਾਈ ਹੈ ਉਹ ਨਾਜਾਇਜ਼ ਕਬਜ਼ੇ ਦੀ ਥਾਂ ਹੈ ਅਤੇ ਖੇਤੀਬਾੜੀ ਵਾਲੀ ਥਾਂ ਦੇ ਉੱਤੇ ਜ਼ਬਰਦਸਤੀ ਕੋਠੀ ਬਣਾ ਲਈ ਗਈ ਹੈ। ਇਹਨੇ ਜੋ ਪੇਪਰ ਨੋਮੀਨੇਸ਼ਨ ਦੇ ਫਾਈਲ ਕੀਤੇ ਆ ਉਹਦੇ ਵਿੱਚ ਇਹਨੇ ਇੱਕ ਐਫੀਡੇਵਿਟ ਦੇ ਕੇ ਕਿਹਾ ਕਿ ਮੇਰਾ ਵਕਫ ਬੋਰਡ ਦੇ ਨਾਲ ਸਰਕਾਰੀ ਅਧਿਕਾਰੀਆਂ ਦੇ ਨਾਲ ਇੱਕ ਲੀਜ਼ ਐਗਰੀਮੈਂਟ ਹੋਇਆ ਜਿਸ ਲੀਜ਼ ਐਗਰੀਮੈਂਟ ਦੇ ਤਹਿਤ ਮੈਂ ਉੱਥੇ ਕੋਠੀ ਬਣਾਈ ਆ। ਆਰਟੀਆਈ ਦੀ ਇਨਫੋਰਮੇਸ਼ਨ ਆ ਜਿਹੜੀ ਜ਼ਿਲ੍ਹਾ ਅਧਿਕਾਰੀਆਂ ਨੇ ਦਿੱਤੀ ਆ ਜਿਹਦੇ ਵਿੱਚ ਅਸੀਂ ਸਵਾਲ ਕੀਤਾ ਸੀ ਬੜਾ ਸਪਸ਼ਟ ਤੌਰ 'ਤੇ ਅਸੀਂ ਪੁੱਛਿਆ ਸੀ ਕਿ ਕੀ ਇਹ ਕੋਠੀ ਨਜਾਇਜ਼ ਕਬਜ਼ਾ ਹੈ ਜਾਂ ਇਹ ਸਰਕਾਰੀ ਜ਼ਮੀਨ 'ਤੇ ਕੋਈ ਇਹਦੀ ਲੀਜ਼ ਹੋਈ ਆ ਕੋਈ ਐਗਰੀਮੈਂਟ ਹੋਇਆ ਅਤੇ ਅਧਿਕਾਰੀਆਂ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਸਾਨੂੰ ਜਵਾਬ ਦੇ ਵਿੱਚ ਕਿਹਾ ਕਿ ਕੋਈ ਵੀ ਕਿਸੇ ਕਿਸਮ ਦਾ ਲੀਜ਼ ਐਗਰੀਮੈਂਟ ਨਹੀਂ ਹੋਇਆ ਇਹ ਨਜਾਇਜ਼ ਕਬਜ਼ਾ ਕਰਕੇ ਇਹਦੇ ਵਿੱਚ ਬੜਾ ਸਪਸ਼ਟ ਲਿਖਿਆ ਗਿਆ ਹੈ। ਇਸ ਬਾਬਤ ਫਿਲੌਰ ਦੇ ਰਿਟਰਨਿੰਗ ਆਫਿਸਰ ਕਮ ਐਸਡੀਐਮ ਅਮਰਜੀਤ ਬੈਂਸ ਨੇ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਲਫੀਆ ਬਿਆਨ 'ਚ ਕਿਸੇ ਉਮੀਦਵਾਰ ਦੀ ਮਿਲੀ ਝੂਠੀ ਜਾਣਕਾਰੀ ਬਾਰੇ ਸੰਬੰਧਿਤ ਮਹਿਕਮਾ ਇਸ ਦੀ ਪੜਤਾਲ ਕਰ ਸਕਦਾ ਹੈ ਅਤੇ ਇਸ ਲਈ ਕਾਰਵਾਈ ਸ਼ੁਰੂ ਹੋ ਜਾਏਗੀ। ਜਿੱਥੇ ਤੱਕ ਉਹਨਾਂ ਦੀ ਕੰਪਲੇਂਟ ਦੀ ਗੱਲ ਹੈਗੀ ਆ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜੇਕਰ ਕੋਈ ਬੰਦਾ ਝੂਠਾ ਐਫੀਡੇਵਿਟ ਦਿੰਦਾ ਹੈ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਹਦੇ ਸੰਬੰਧ 'ਚ ਫਿਰ ਉਹਨਾਂ ਨੇ ਸਾਨੂੰ ਇੱਕ ਵੱਖਰੀ ਐਪਲੀਕੇਸ਼ਨ ਦਿੱਤੀ ਉਹਦੇ ਖਿਲਾਫ਼ ਕਾਰਵਾਈ ਕਰ ਲਈ ਉਹ ਅਸੀਂ ਸੰਬੰਧਿਤ ਡਿਪਾਰਟਮੈਂਟ ਨੂੰ ਉਹਦੀ ਇਨਕੁਆਇਰੀ ਲਈ ਭੇਜਦਾ। ਸਾਡੀ ਟੀਮ ਨੇ ਕਡਿਆਣਾ ਦਾ ਪੱਖ ਲੈਣ ਲਈ ਉਹਨਾਂ ਨਾਲ ਸੰਪਰਕ ਸਾਧਿਆ ਪਰ ਚੋਣ ਰੁਝੇਵਿਆਂ ਕਰਕੇ ਉਹ ਮਿਲ ਨਹੀਂ ਸਕੇ। ਪਰ ਜਿਸ ਤਰ੍ਹਾਂ ਦਸਤਾਵੇਜ਼ ਦੇ ਕੇ ਪਵਿੱਤਰ ਸਿੰਘ ਨੇ ਕਡਿਆਣਾ ਖਿਲਾਫ਼ ਮੁਹਿੰਮ ਖੋਲ੍ਹੀ ਹੈ ਉਸ ਤੋਂ ਇਹ ਤਾਂ ਸਾਬਤ ਹੁੰਦਾ ਹੈ ਕਿ ਮਾਮਲਾ ਗੰਭੀਰ ਹੈ ਤੇ ਗਹਿਰੀ ਜਾਂਚ ਪੜਤਾਲ ਹੀ ਇਸ ਬਾਰੇ ਕੁਝ ਸਾਫ਼ ਕਰ ਸਕਦੀ ਹੈ। ਉਧਰ ਸਰੂਪ ਸਿੰਘ ਕੁੜਿਆਣਾ ਆਪਣੀ ਸਫਾਈ ਦੇਣ ਖੁਦ ਤਾਂ ਨਹੀਂ ਆਏ ਪਰ ਉਹਨਾਂ ਦੇ ਵਕੀਲ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਨੇ ਪਵਿੱਤਰ ਸਿੰਘ ਦੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ਤੇ ਕਿਹਾ ਹੈ ਕਿ ਜਗ੍ਹਾ ਕਾਨੂੰਨੀ ਤੌਰ ਤੇ ਲੀਜ਼ ਤੇ ਲੈ ਕੇ ਕੁੜਿਆਣਾ ਨੇ ਕੋਠੀ ਬਣਾਈ ਹੈ। ਇਹ ਜਿਹੜੀ ਗੱਲ ਹੈ ਬੜਾ ਸਰਾਸਰ ਗਲਤ ਹੈਗੀ ਆ। ਪਹਿਲੀ ਗੱਲ ਤਾਂ ਇਹ ਪਵਿੱਤਰ ਸਿੰਘ ਨੂੰ ਕਾਫ਼ੀ ਦੇਰ ਤੋਂ ਆਮ ਆਦਮੀ ਪਾਰਟੀ 'ਚੋਂ ਕੱਢਿਆ ਗਿਆ ਹੈ। ਦੂਜੀ ਗੱਲ ਇਹ ਹੈ ਕਿ ਜਿਹੜਾ ਕੁੜਿਆਣਾ ਸਾਹਿਬ ਨੇ ਆਪਣਾ ਮਕਾਨ ਬਣਾਇਆ ਹੈਗਾ ਵਕਫ ਬੋਰਡ ਦੀ ਪ੍ਰੋਪਰਟੀ ਦੇ ਉੱਪਰ ਉਹ ਜਿਹੜਾ ਉਹ ਜਗ੍ਹਾ ਹੈਗੀ ਆ ਉਹ ਪੰਜਾਬ ਵਕਫ ਬੋਰਡ ਦੀ ਜਗ੍ਹਾ ਹੈਗੀ ਆ ਔਰ ਮੈਂ ਪੰਜਾਬ ਵਕਫ ਬੋਰਡ ਦਾ ਕਾਫ਼ੀ ਦੇਰ ਤੋਂ ਵਕੀਲ ਚੱਲਿਆ ਆ ਰਿਹਾ ਹੈਗਾ ਔਰ ਜਿਹੜੀ ਉਹ ਜਗ੍ਹਾ ਹੈਗੀ ਆ ਉਹਦੀ ਬਕਾਇਦਾ ਲੀਜ਼ ਜਿਹੜੀ ਹੈਗੀ ਆ ਸਰੂਪ ਸਿੰਘ ਕੁੜਿਆਣਾ ਨਾਲ ਹੋਈ ਹੈਗੀ ਆ। ਨਿਊਜ਼ ਤੋਂ ਰਾਹੁਲ ਸ਼ਰਮਾ ਦੇ ਨਾਲ ਪ੍ਰਮੋਦ ਕੌਸ਼ਲ, PDC ਨਿਊਜ਼, ਫਿਲੌਰ।